ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨਾਲ ਜੁੜੀਆਂ ਸਰਗਰਮੀਆਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਇੱਥੇ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਤੇ ਜਲੰਧਰ ਦੇ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ surjit kaur ਹੁਣ ਇੱਕ ਹੋਰ ਵਿਵਾਦ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਪਹਿਲਾਂ ਅਕਾਲੀ ਦਲ ਨੇ ਹਮਾਇਤ ਵਾਪਸ ਲਈ ਹੁਣ ਬੀਜੇਪੀ ਦੇ ਐਸਸੀ ਮੋਰਚਾ ਦੇ ਪ੍ਰਧਾਨ ਤੇ ਸਾਬਕਾ ਆਈਐਸ ਅਫਸਰ SR ਲੱਧੜ ਨੇ surjit kaur ਦੇ ਐਸਸੀ ਹੋਣ ਤੇ ਹੀ ਸਵਾਲ ਚੁੱਕਦੇ ਆ ਕਿ ਹੈ ਕਿ ਭਾਰਤ ਸਰਕਾਰ ਵੱਲੋਂ 39 ਜਾਤਾਂ ਨੂੰ ਐਸਸੀ ਕੈਟਾਗਰੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ surjit kaur ਦੀ ਸਿਰਕੀਬੰਦ ਰਾਜਪੂਤ ਜਾਤ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਹੈ ਪਰ ਕਹਿੰਦੇ ਸੁਰਜੀਤ ਕੌਰ ਦੀ ਨਾਮਜ਼ਦਗੀ ਹੁਣ ਜਦੋਂ ਮਨਜ਼ੂਰ ਹੋ ਚੁੱਕੀ ਹੈ ਹੁਣ ਕੁਝ ਨਹੀਂ ਹੋ ਸਕਦਾ ਜੇ ਕਹਿੰਦੇ ਜਿੱਤ ਜਾਂਦੇ ਨੇ ਫੇਰ ਇਹਨਾਂ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਸੁਰਜੀਤ ਕੌਰ ਨੇ ਕਿਹਾ ਕਿ ਐਸਆਰ ਲੱੱਦਰ ਦੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਹੈ ਸਾਡਾ ਸਿਰਕੀਬੰਦ ਰਾਜਪੂਤ ਭਾਈਚਾਰਾ ਐਸਸੀ ਕੈਟਾਗਰੀ ਦੇ ਵਿੱਚ ਸ਼ਾਮਲ ਹੈ ਸਿਰਕੀਬੰਦ ਰਾਜਪੂਤ ਨਾਲ ਸੰਬੰਧ ਰੱਖਦੇ ਸਥਾਨਕ ਲੀਡਰ ਪਰਮਜੀਤ ਸਿੰਘ ਭੱਟ ਨੇ ਕਿਹਾ ਕਿ ਸਾਡੇ ਸਾਰਿਆਂ ਕੋਲ ਐਸਸੀ ਸਰਟੀਫਿਕੇਟ ਨੇ ਅਜਿਹਾ ਕਈ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਸਾਨੂੰ ਸਾਡਾ ਹੱਕ ਮਿਲੇ ਅਸੀਂ ਕਹਿੰਦੇ ਇਸ ਦੇ ਖਿਲਾਫ ਆਭ੍ਰੇਣਾ ਹਾਈ ਕੋਰਟ ਵਿੱਚ ਕੇਸ ਵੀ ਲੜ ਰਹੇ ਹਾਂ ਇਸ ਤੋਂ ਇੱਕ ਦਿਨ ਪਹਿਲਾਂ ਬੀਤੇ ਦਿਨੀ ਸਿਰਕੀਬੰਦ ਰਾਜਪੂਤ ਭਾਈਚਾਰੇ ਨੇ ਸੁਰਜੀਤ ਕੌਰ ਦੀ ਹਮਾਇਤ ਨਵੀਂ ਐਲਾਨ ਕੀਤਾ ਕਹਿੰਦੇ ਸੀ ਘਰ-ਘਰ ਜਾ ਕੇ ਸੁਰਜੀਤ ਕੌਰ ਲਈ ਪ੍ਰਚਾਰ ਕਰਾਂਗੇ ਕਿਉਂਕਿ ਸਾਡੇ ਭਾਈਚਾਰੇ ਨੂੰ ਪਹਿਲੀ ਵਾਰੀ ਇਹ ਮੌਕਾ ਮਿਲਿਆ ਹੈ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਸਿਰਕੀਬੰਦ ਰਾਜਪੂਤ ਭਾਈਚਾਰੇ ਦੇ ਤਕਰੀਬਨ 15000 ਵੋਟ ਨੇ ਉਧਰ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਰਜੀਤ ਕੌਰ ਨੂੰ ਫੰਡਿੰਗ ਦਾ ਐਲਾਨ ਕਰ ਦਿੱਤਾ ਹੈ ਅਕਾਲੀਆਂ ਦੇ ਬਾਗੀ ਲੀਡਰ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਦੋਵੇਂ ਸੁਰਜੀਤ ਕੌਰ ਦੇ ਘਰ ਪਹੁੰਚੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਦੇ ਸੀਨੀਅ ਤੁਹਾਡੇ ਲਈ ਪ੍ਰਚਾਰ ਵੀ ਕਰਨਗੇ ਤੇ ਵਿੱਤੀ ਸਹਾਇਤਾ ਵੀ ਦੇਣਗੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਗੀਰ ਕਰਨ ਨੇ ਕਿਹਾ ਕਿ ਪਾਰਟੀ ਨੇ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਕੇ ਬਸਪਾ ਉਮੀਦਵਾਰ ਦਾ ਸਮਰਥਨ ਕਰਕੇ ਵੱਡੀ ਭੁੱਲ ਕੀਤੀ ਹੈ ਇਹਦੇ ਨਾਲ ਕਹਿੰਦੇ ਨਾ ਸਿਰਫ ਜਲੰਧਰ ਸਗੋਂ ਸੂਬੇ ਭਰ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਦਾ ਮਨੋਬਲ ਡਿੱਗਿਆ ਹੈ ਪਾਰਟੀ ਦੇ ਇਤਿਹਾਸ ਵਿੱਚ ਵੀ ਕਹਿੰਦੇ ਪਹਿਲੀ ਵਾਰੀ ਹੋਇਆ ਕਿ ਸੁਖਬੀਰ ਦੀ ਅਗਵਾਈ ਵਿੱਚ ਅਕਾਲੀ ਲੀਡਰ ਹੁਣ ਬਹੁਤ ਜਨ ਸਮਾਜ ਪਾਰਟੀ ਲਈ ਵੋਟਾਂ ਮੰਗਣਗੇ ਅਕਾਲੀ ਦਲ ਦੇ ਬਾਗੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਲਾਏ ਗਏ ਆਮਾ ਦਾ ਹੁਣ ਜਵਾਬ ਦਿੱਤਾ ਹੈ ਪਲਟਵਾਰ ਕਰਦਿਆ ਸੰਜੀ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਕਹਿੰਦੇ ਸੁਖਬੀਰ ਸਿੰਘ ਬਾਦਲ ਦੱਸਣ ਕਿ ਤੁਸੀਂ ਪੰਥਕ ਟਕਸਾਲੀ ਲੀਡਰਾਂ ਨੂੰ ਬੀਜੇਪੀ ਦੇ ਏਜੰਟ ਦੱਸਦੇ ਹੋ ਜਦ ਕਿ ਪੰਥਕ ਖੇਤਾਂ ਨੂੰ ਤਲਾਂਜਲੀ ਦੇ ਕੇ ਨਿੱਜੀ ਫਾਇਦਿਆਂ ਦੇ ਲਈ ਬੀਜੇਪੀ ਨੂੰ ਜਫੀਆਂ ਤਾਂ ਤੁਸੀਂ ਪਾਈਆਂ ਸੀ ਇਹ ਜਗ ਜਾਹਰ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਦੇ ਲਈ ਬੀਜੇਪੀ ਦੇ ਨਾਲ ਤੁਸੀਂ ਹੱਥ ਮਿਲਾਏ ਕਿ ਤੁਸੀਂ ਬੀਜੇਪੀ ਦੇ ਏਜੰਟ ਨਹੀਂ ਰਾਸ਼ਟਰਪਤੀ ਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਨੂੰ ਵੋਟ ਪਾਉਣ ਵਾਲੇ ਕੀ ਬੀਜੇਪੀ ਦੇ ਏਜੰਟ ਨਹੀਂ ਤਿੰਨ ਕਾਲੇ ਕਾਨੂੰਨਾਂ ਦੇ ਡਰਾਫਟ ਤੇ ਕੋਰ ਕਮੇਟੀ ਦੇ ਫੈਸਲੇ ਦੇ ਵਿੱਚ ਉਲਟ ਜਾ ਕੇ ਸਮਰਥਨ ਕਰਨਾ ਕੀ ਭਾਜਪਾ ਦੇ ਏਜੰਟਾਂ ਦਾ ਕੰਮ ਨਹੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੱਲਿਆਂ ਦੀ ਮੁਲਾਕਾਤ ਜਾ ਕੇ ਸੀਟਾਂ ਲਈ ਤਰਲੇ ਮਿੰਨਤਾਂ ਕਰਨਾ ਕੀ ਤੁਸੀਂ ਭਾਜਪਾ ਦੇ ਏਜੰਟ ਨਹੀਂ ਕਹਿੰਦੇ ਇਹ ਵੀ ਰਿਕਾਰਡ ਹੈ ਕਿ ਤੁਸੀਂ ਪੰਜਾਬ ਅਤੇ ਕਿਸਾਨੀ ਹਿੱਤਾਂ ਲਈ ਲੈਂਡ ਐਕ acquisition ਐਕਟ ਖਿਲਾਫ ਸੱਤਾਧਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਅਮੈਂਡਮੈਂਟ ਪਾਈ ਤੇ ਇਹ ਭਾਜਪਾ ਦਾ ਕੋਈ ਏਜੰਟ ਹੀ ਕਰ ਸਕਦਾ ਸੀ ਅਮਰਿਤਪਾਲ ਸਿੰਘ ਨੂੰ ਭਾਜਪਾ ਦਾ ਏਜੰਟ ਦੱਸਣ ਵਾਲੇ ਕਿਹੜੇ ਮੂੰਹ ਨਾਲ ਦੂਜਿਆਂ ਨੂੰ ਭਾਜਪਾ ਦਾ ਏਜੰਟ ਦੱਸਦੇ ਨੇ ਇਸ ਲਈ ਕਹਿੰਦੇ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਮਰਥਕਾਂ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਸਾਰੇ ਸੱਚ ਜਾਣਦੇ ਨੇ ਜਿਨ੍ਹਾਂ ਟਕਸਾਲੀ ਲੀਡਰਾਂ ਨੂੰ ਕਹਿੰਦੇ ਸੀ ਭਾਜਪਾ ਦੇ ਏਜੰਟ ਦੱਸਦੇ ਹੋ ਉਹਨਾਂ ਪਰਿਵਾਰਾਂ ਨੇ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਲਈ ਜੇਲਾਂ ਕੱਟੀਆਂ ਤੇ ਕੁਰਬਾਨੀਆਂ ਦਿੱਤੀਆਂ ਸੁਖਬੀਰ ਸਿੰਘ ਬਾਦਲ ਨੂੰ ਅਹੁਦਾ ਛੱਡਣ ਦੀ ਵਾਰੀ-ਵਾਰੀ ਅਪੀਲ ਕਰਨ ਵਾਲੇ ਅਕਾਲੀ ਲੀਡਰ ਚਰਨਜੀਤ ਸਿੰਘ ਬਰਾੜ ਨੇ ਵੀ ਅਪੀਲ ਕੀਤੀ ਹੈ ਮਨ ਦਾ ਬੋਝ ਹਲਕਾ ਕਰਨ ਦੀ ਕਹਿੰ ਤੇ ਕਾਲੇ ਦਲ ਦੀਆਂ ਸ਼ਾਨਦਾਰ ਰਵਾਇਤਾਂ ਦਾ ਘਾਣ ਕੀਤਾ ਪੰਥਕ ਮਰਿਆਦਾ ਦੀ ਘੋਰ ਉਲੰਘਣਾ ਵੀ ਹੋਈ ਜਿਸ ਲਈ ਕਹਿੰਦੇ ਆਪਾਂ ਸਾਰੇ ਹੀ ਅਸਿੱਧੇ ਤੌਰ ਤੇ ਜ਼ਿੰਮੇਦਾਰਾਂ ਸੋ ਕਹਿੰਦੇ ਲੀਡਰਸ਼ਿਪ ਨੇ ਫੈਸਲਾ ਲਿਆ ਕਿ 1 ਜੁਲਾਈ ਨੂੰ ਸਵੇਰੇ 10 ਵਜੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਇਕੱਠੇ ਹੋ ਕੇ ਸਮੂਹਿਕ ਤੌਰ ਤੇ ਖਿਮਾ ਯਾਚਨਾ ਮੰਗਿਏ ਸੋ ਖਿਮਾ ਯਾਚਨਾ ਪੱਤਰ ਦੇਣ ਲਈ ਤੁਸੀਂ ਸਾਰੇ ਸ਼ਾਮਿਲ ਹੋਵੋ ਕਿਹੜੇ ਧੜੇ 'ਚ ਰਹਿਣਾ ਚਾਹੁੰਦੇ ਹੋ ਅੱਗੇ ਕੀ ਦੀ ਪ੍ਰਧਾਨਗੀ ਹੇਠ ਚੱਲਣਾ ਇਹ ਜ਼ਰੂਰੀ ਨਹੀਂ ਪਰ ਕਹਿੰਦੇ ਇਹ ਬਹੁਤ ਜ਼ਰੂਰੀ ਹੈ ਕਿ ਹੋਈਆਂ ਭੁੱਲਾਂ ਦੀ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਆਪਣੇ ਮਨ ਦਾ ਇਸ ਦਰਮਿਆਨ ਪੰਥਦਰਦੀਆਂ ਦਾ ਇੱਕ ਬਿਆਨ ਵੀ ਚਰਚਾ ਦੇ ਵਿੱਚ ਹੈ ਤਖਤਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਦਰਦੀ ਗਿਆਨੀ ਕੇਵਲ ਸਿੰਘ ਹੁਣਾਂ ਦਾ ਵੀ ਬਿਆਨ ਆਇਆ ਹੈ ਕਿ ਇਹ ਜਿਹੜੇ ਦੋਵੇਂ ਧੜੇ ਨੇ ਇਹ ਸਾਰੇ ਬਾਦਲ ਦਲ ਵਾਲੇ ਨੇ ਕੌਮ ਨੂੰ ਜਵਾਬ ਦੇਣ ਕਿ ਸਿੱਖ ਕੌਮ ਨਾਲ ਧੋਖਾ ਕਿਉਂ ਕੀਤਾ ਕਿਸ ਦੇ ਕਹਿਣ ਤੇ ਕੀਤਾ ਸਿੱਖ ਸੰਗਤਾਂ ਕਹਿੰਦੇ ਇਹਨਾਂ ਸਾਰਿਆਂ ਤੋਂ ਕਈ ਤਰੀਕਿਆਂ ਨਾਲ ਜਵਾਬ ਮੰਗਣ ਦੀ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਨੇ ਪੰਥਕ ਅਸੈਂਬਲੀ ਬੁਲਾਉਣ ਦੀ ਵੀ ਕਹਿੰਦੇ ਕੰਸੋ ਆ ਰਹੀ ਹੈ ਯਾਨੀ ਕਿ ਆਉਣ ਦੇ ਦਿਨਾਂ ਦੇ ਵਿੱਚ ਅਕ ਅਸੈਂਬਲੀ ਬੁਲਾਈ ਜਾ ਸਕਦੀ ਹੈ ਪੰਥਦਰਦੀਆਂ ਦੇ ਮੁਤਾਬਿਕ ਦੋਵੇਂ ਧੜੇ ਨੇ ਜਿਹੜੇ ਉਹ ਆਪੋ ਆਪਣੀ ਲੀਡਰਸ਼ਿਪ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਨੇ ਜਿਹੜੇ ਆਗੂ ਹੁਣ ਸੁਖਬੀਰ ਸਿੰਘ ਬਾਦਲ ਤੇ ਸਾਰਾ ਇਲਜ਼ਾਮ ਮੜ ਕੇ ਆਪਣੇ ਆਪ ਨੂੰ ਸੱਚਾ ਸੁੱਚਾ ਦੱਸਣ ਦੇ ਵਿੱਚ ਲੱਗੇ ਹੋਏ ਨੇ ਉਹ ਵੀ ਕੋਈ ਘੱਟ ਨਹੀਂ ਜਿਸ ਵਕਤ ਪੰਥ ਦੇ ਨਾਲ ਗਦਾਰੀ ਕੀਤੀ ਇਹ ਸਾਰੇ ਹੀ ਇਕੱਠੇ ਸਨ ਕਹਿੰਦੇ ਵਕ ਹੋਏ ਆਗੂ ਇਸ ਰੌਂ ਦੇ ਵਿੱਚ ਹਨ ਕਿ ਅਸੀਂ ਇਹ ਸਾਬਤ ਕਰੀਏ ਕਿ ਅਸੀਂ ਕੋਈ ਗੁਨਾਹ ਕੀਤਾ ਹੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁਣ ਜਾਣ ਦੀ ਗੱਲ ਕਰਕੇ ਖੁਦ ਨੂੰ ਦੋਸ਼ ਮੁਕਤ ਦਾ ਪ੍ਰਮਾਣ ਪੱਤਰ ਦੇਣ ਦੇ ਲਈ ਇਹ ਕਹਿੰਦੇ ਤੁਰੇ ਹੋਏ ਨੇ ਪਰ ਸੰਗਤ ਸਭ ਜਾਣਦੀ ਹੈ ਉਧਰ ਜਲੰਧਰ ਪੱਛਮੀ ਸੀਟ ਤੇ ਕਾਂਗਰਸ ਨੇ ਵੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪੰਜਾਬ ਕਾਂਗਰਸ ਤੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਵਰਕਰਾਂ ਨਾਲ ਮੀਟਿੰਗ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਪਹਿਲੀ ਮੀਟਿੰਗ ਵਿੱਚ ਹੀ ਵਰਕਰਾਂ ਦਾ ਭਰਮਾਏ ਇਕੱਠ ਕਾਂਗਰਸ ਪਾਰਟੀ ਦੀ ਜਿੱਤ ਤੇ ਮੋਹਰ ਲਗਾ ਰਿਹਾ ਹੈ ਜਲੰਧਰ ਤੇ ਪੰਜਾਬ ਦਾ ਹਰੇਕ ਵਸਿੰਦਾ ਕਾਂਗਰਸ ਵਿੱਚੋਂ ਹੀ ਨਵੀਂ ਆਸ ਵੇਖ ਰਿਹਾ ਹੈ ਜਿਸ ਦਾ ਸਬੂਤ ਜਲੰਧਰ ਪੱਛਮੀ ਦੇ ਲੋਕ ਬੀਬੀ ਸੁਰੇਂਦਰ ਕੌਰ ਦੇ ਹੱਕ ਵਿੱਚ ਆਪਣਾ ਕੀਮਤੀ ਵੋਟ ਪਾ ਕੇ ਸਤਿਕਾਰ ਕਰੇ ਬਿਨਾ ਆਪਣੀਆਂ ਪਾਰਟੀਆਂ ਬਦਲਦੇ ਨੇ ਤੇ ਵਰਕਰਾਂ ਦਾ ਅਪਮਾਨ ਕਰਦੇ ਨੇ ਚੋਣਾਂ ਦੀ ਇਸ ਜਲੰਧਰ ਵਾਲੀ ਜੰਗ ਦੇ ਵਿੱਚ ਸੱਤਾਧਿਰ ਪਾਰਟੀ ਦੇ ਲਈ ਇੱਕ ਮੁਸ਼ਕਿਲ ਨੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਉਹ ਮੁਜ਼ਾਰੇ ਜਿਹੜੇ ਉਹਨਾਂ ਨੇ ਜਲੰਧਰ ਵਿੱਚ ਕਰਨ ਦੇ ਐਲਾਨ ਕੀਤੇ ਨੇ ਤੇ ਕਿਤੇ ਵੀ ਜਾ ਰਹੇ ਨੇ ਸਿੱਖਿਆ ਪ੍ਰੋਵਾਈਡਰ ਟੀਚਰਸ ਯੂਨੀਅਨ ਪੰਜਾਬ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੜਦਿਆ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕੀਤਾ ਹੈ ਸਿੱਖਿਆ ਪ੍ਰੋਵਾਈਡਰ 30 ਜੂਨ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਘਰ ਦਾ ਘਿਰੌ ਕਰਨਗੇ ਐਤਵਾਰ ਨੂੰ ਸੋ ਇੱਥੇ ਕਾਫੀ ਹੈਗਾ ਹੱਲਾ ਗੁਲਾ ਦੇਖਣ ਨੂੰ ਮਿਲ ਸਕਦਾ ਬਰਨਾਲਾ ਦੇ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 87 36 ਕੱਚੇ ਅਧਿਆਪਕਾਂ ਨੂੰ ਸਿਰਫ ਕਾਗਜ਼ਾਂ ਬੋਰਡਾਂ ਬੈਨਰਾਂ ਤੇ ਭਾਸ਼ਣਾਚ ਰੈਗੂਲਰ ਕੀਤਾ ਜਾਂਦ ਕਿ ਅਸਲ ਦੇ ਵਿੱਚ ਇਨਕ੍ਰੀਮੈਂਟ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਰੈਗੂਲਰ ਅਧਿਆਪਕਾਂ ਦੇ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਨੇ ਪਹਿਲਾਂ ਵੀ ਪਿੰਡ ਤਲਾਬ ਚ ਲੰਬੇ ਸੰਘਰਸ਼ ਤੋਂ ਬਾਅਦ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਜੱਥੇਬੰਦੀ ਨੂੰ ਬੁਲਾਇਆ ਸੀ ਵਾਅਦਾ ਕੀਤਾ ਸੀ ਕਿ ਤੁਸੀਂ ਸੰਘਰਸ਼ ਹੁਣ ਖਤਮ ਕਰੋ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਅਧੂਰੀਆਂ ਮੰਗਾਂ ਨੂੰ ਤੁਰੰਤ ਮੰਨਾਂਗੇ ਹਾਲੇ ਤੱਕ ਕਹਿੰਦੇ ਮੁੱਖ ਮੰਤਰੀ ਨੇ ਨਾ ਤਾਂ ਕੋਈ ਮੀਟਿੰਗ ਕੀਤੀ ਹੈ ਤੇ ਨਾ ਹੀ ਕੋਈ ਤਸੱਲੀ ਬਖਸ਼ ਹੱਲ ਲੱਭਿਆ ਹੈ